अस्सलाम वालेकुम फ्रेंड्स, वेलकम टू माय यूट्यूब चैनल आसिम सईद पिजन। सारे दोस्त भाई कैसे हैं, उम्मीद करता हूँ ठीक ठाक होंगे, हैरियत से होंगे और फिट फाट होंगे। दोस्तों अपना चाचा जी को आज ना काबू किया है कि इनसे काफ़ी दोस्त पूछ रहे थे कुछ सवालात, उनके जवाब जो है ना हम चाचा जी से ढूँढेंगे, इनसे पूछेंगे और उम्मीद करता हूँ कि आपको मुफीद जो है ना इसके जो जवाब मिलेंगे, आंसर मिलेंगे। अस्सलाम वालेकुम साहब जी, खरीत है ठीक ठाक हो? शुक्र आज माशाल्लाह जना दिन वाओ टाइट लगा जी। गर्मी स्टार्ट हो गई है, हवा भी चलती पी है, हाले हवा ठंडी है और थोड़े दिनों जिवें धुप्पां लगदियां रहियां, दो चार दिनों इन्हें यही हवा जी ना फिर भैड़ी लगन लग पैनी है। ठीक है हाल है। अच्छा साहब जी गल हैगी है कि कुछ दो सवाल करते पे सी कि मादियाँ जी ना बड़ी जल्दी आंडे तो रही जाए ने अजकल, तो उनकी की वजह है? वजह है कि अर्ली टाइम उन्होंने जोड़े ला देंगे ने। अच्छा कोई अठ घड़ी की, नौ घड़ी की, सत्त घड़ी की। अच्छा कोई तोड़ दी बड़ियाँ वैसे तोड़ जाए ना, तोड़ दी मादी। नोट किया पूरी जिंदगी किन्ने गुआंडे लांदी है? अच्छा तो लगे जाने कुदरत का निजाम है, बस ते ज्यादा लगे जाने जल्दी लगे जाने। एक बंदा कहंदा सी जी कि कबूतर है ना मादी है, हां जी जेडी सेहतमंद मादी है अपनी लाइफ ही 40 अंडे लांदी है। ये मैंने 40 अंडा मतलब है 20 झोलियां? नहीं नहीं, वो कोई नहीं आ छड़ गए थे, नहीं 100 झोलियां पाल देती है, सेहतमंद लगियां आ रही है, थक रही नहीं। अच्छा हां अच्छा, ते दाना सही पवे खराब ना हो मेडिसिन सब तो पहले जरा पाउडर कैल्शियम पाउडर पाओ, उस अंडे जड़े ना अंडे जी जी छिलके हाँ जी पीस के पाओ, बिल्कुल सही हो। जबरदस्त कैल्शियम है। ए हफ्ते च कितनी दफा पानी चाहिए? ए बस सर्दियां ही, मैं तो डेली जो 4-5 दिन बाद अंडे जड़े बच जाते ने घर दे, अंडे जड़े किचन दे अच्छा कुछ कर दो ना ब्रांड कर दो जल्दी एज तो पहले नु अंडे अपना दवा देना, कच्ची टुट गई कच्ची टुटियां होंदियां ने। अच्छा ते साह जी अपना ताडे मुताबिक हां जी कबूतरबाजी ਦੇ ਵਿੱਚ ਕਿਹੜੀ ਐਸੀ ਨਸਲ ਜਿਹੜੀ ਸਾਰਿਆਂ ਦਾ ਹਸਾਸ ਹੈ? ਟੈਡੀ ਨੇ, ਟੈਡੀ ਕਬੂਤਰ ਸਭ ਦਾ ਹਸਾਸ ਕਬੂਤਰ ਸਭ ਤੋਂ ਹਸਾਸ। ਕਿਸ ਤਰ੍ਹਾਂ ਕੋ ਮਿਸਾਲ ਦਿਓ? ਮਿਸਾਲ ਦੇ ਜ਼ੋਰ ਤੇ ਦੇ ਕੇ ਨਾ ਤੁਸੀਂ ਇੱਕ ਖਾਨੇ ਜੋ ਚੁੱਕੇ ਦੂਜੇ ਪਾਸੇ ਪਾ ਦੋ ਨਾ ਸ਼ਿਫਟ ਕਰ ਦਿਓ। ਹਾਂਜੀ ਤੇ ਦੋ ਦੋ ਮਹੀਨੇ ਮਾਦੀਆਂ ਅੰਡੇ ਜੋੜੇ ਨਹੀਂ ਹੁੰਦੀਆਂ। ਅੱਛਾ ਟੈਡੀ, ਅੱਛਾ ਹੋਮਨ ਟੈਡੀ ਸਹੀ ਨਾਲ ਜਿਹੜਾ ਉਹਦਾ ਖਾਨਾ ਬਦਲ ਦਿਓ, ਦੂਸਰੇ ਖੁੱਡੇ ਸ਼ਿਫਟ ਕਰ ਦਿਓ। ਉਹ ਤੁਸੀਂ ਮੇਰੇ ਕੋਲ ਇੱਕ ਬੱਚਾ ਹੈ, 4 ਕਰੀ ਦਾ ਬੱਚਾ ਮੈਂ ਬਾਹਰ ਛੱਡਿਆ ਸੀ ਇਹਦੇ ਕਾਬਲ ਦੀ ਬਾਹਰ ਸਟੋਰੀ ਚ ਸਟੋਰ ਚ ਉਹ ਸਾਫ ਹੋ ਗਿਆ, ਗੁਰਗਨ ਲੱਗ ਪਿਆ ਪਤਾ ਜਦੀ ਕਰ ਡੇਲੀ ਟਕਰਾ ਮਾਰਦੇ ਅੰਦਰ ਜਾਣ ਲਈ। ਅੱਛਾ ਉਹਨੇ ਉਹ ਘਰ ਨਹੀਂ ਮੰਨਿਆ, ਉਹਦੇ 6 ਬਾਰ ਉੱਥੇ ਬਹਿ ਕੇ ਸਾਫ ਹੋਇਆ, ਮਤਲਬ ਸਿਰ ਦਾਣਾ ਖਾਂਦਾ ਉੱਥੇ, ਬਾਕੀ ਘਰ ਅੰਦਰ ਹੀ ਕਰਦਾ ਅੰਦਰ ਨੂੰ ਮਸਾ ਦਿਨ ਜਾਲੀ ਨੂੰ ਟਕਰਾ ਮਾਰ ਮਾਰ ਕੇ ਨੇ ਲੱਤਾਂ ਚੁਰਾ ਲੈਂਦਾ। ਸਹੀ ਹੋ ਗਿਆ ਤੇ ਡੇ ਪੱਕੇ ਨੇ। ਸਾਹ ਜੀ ਆਪਣੇ ਕੋਈ ਇੱਕ ਜੋੜਾ ਜਿਹੜਾ ਛਾਣੇ ਛਾਲ ਮਾਰ ਦਿੰਦਾ ਬੱਚੇ, ਆਹੋ ਉਹ ਕਿਹੜਾ ਹੈ? ਉਹ ਛਾਲਾ ਬੱਚੇ ਕੁੱਤੇ ਦੇ ਡੈਡੀ ਦੇ ਜਾਨ ਨਹੀਂ ਮਾਰਦੇ। ਅੱਛਾ ਉਹ ਬੱਚੇ ਜਿਹੜੇ ਪਲ ਗਏ ਨੇ, ਤੁਸੀਂ ਉਹਨੂੰ ਨਿਸ਼ਾਨੀ ਲਾਉਣ ਲਈ ਜਾਂ ਕੋਈ ਉਹਦੀ ਪੂਛਲ ਕੱਟ ਲਈ ਜਾਂ ਕੋਈ ਬਾਹਰ ਕੱਢ ਦਿੱਤਾ ਨਾ, ਹਾਂਜੀ ਉਹ ਛਾਲ ਮਾਰ ਕੇ ਬਾਹਰ ਆ ਗਿਆ, ਫਿਰ ਉਹਨੇ ਖਾਨੇ 'ਚ ਨਹੀਂ ਪੈਣਾ ਜਿਸ ਨੂੰ ਤੁਸੀਂ ਫੜ ਲਿਆ, ਨਹੀਂ ਫੜਿਆ ਤਾਂ ਪੂਰਾ ਪਲ ਦੇ ਰਾਂਗੇ। ਮਤਲਬ ਤੁਸੀਂ ਹੱਥ ਲਾਤਾ ਹੈ? ਹੱਥ ਲੱਗ ਗਿਆ ਤੇ ਬਸ ਉਹ ਭਾਵੇਂ ਬੱਚਾ ਵੱਡਾ ਪਲਿਆ ਭਾਵੇਂ ਨਹੀਂ ਪਲਿਆ, ਉਹਨੇ ਗੁੱਸਾ ਕਰ ਲੈਣਾ। ਅੱਛਾ ਉਹਦੇ ਜੀ ਮੋਦ ਹੋਵੇ ਸੀ ਬਾਹਰ ਆਉਣ ਜੋਗੀ। ਅੱਛਾ ਫਿਰ ਉਹਨੇ ਅੰਦਰ ਨਹੀਂ ਬਹਿਣਾ, ਫਿਰ ਉਹ ਜੰਪ ਮਾਰ ਕੇ ਬਾਹਰ। ਜੰਪ ਮਾਰਨਾ ਮੈਨੂੰ ਹੱਥ ਕਿਉਂ ਲਾਇਆ? ਉਹਦਾ ਨਾਮ ਵੀ ਜੰਪਾ ਲਈ ਨਾ, ਜੰਪਾ ਲਾ ਜੰਪਾ। ਦੋਸਤੋ ਇਹ ਆਪਣਾ ਸਾਧ ਨਗਾ ਬਰੀਡ ਹੈ ਜੰਪੋ ਵਾਲੀ, ਹਾਂਜੀ ਠੀਕ ਹੈ। ਉਹ ਪ੍ਰਵਾਸ ਦੇ ਵੀ ਜੰਪੇ ਮਾਰਤੀਆਂ, ਮਤਲਬ ਲੰਬੀ ਪ੍ਰਵਾਸ ਦੇ, ਹਾਂਜੀ। ਔਰ ਉਸ ਤੋਂ ਇਲਾਵਾ ਉਸ ਦਾ ਸਭ ਤੋਂ ਬੜੀ ਕੁਆਲਿਟੀ ਹੈ, ਇਤਨੇ ਹਸਾਸ ਕਬੂਤਰ ਹੈ ਕਿ ਅਗਰ ਉਹਨਾਂ ਕੋ ਆਪਣੇ ਬੱਚੋਂ ਕੋ ਹੱਥ ਲਗਾ ਲਈ ਹੈ ਨਾ, ਉਸਕੇ ਬਾਅਦ ਉਸ ਖਾਨੇ ਮੇਂ ਨਹੀਂ ਵਾਪਸ ਜਾਣਾ ਉਹਨਾਂ ਨੇ।
उन्होंने कहना जी बस हमें हाथ लग गया, बाहर बाहर निकलो यहाँ से, काम बाहर है। हाँ जी, तो वो फिर बाहर निकल जाए, 10 दफा बैठाओ उनके खाने में, वापस नहीं वो बैठेंगे नहीं, थोड़े देर भाग के फिर वापस बाहर। ਸਾਜੀ ਇਹ ਵਜ੍ਹਾ ਅਸਲ ਤੁਹਾਡੇ ਹਿਸਾਬ ਨਾਲ ਕੀ ਹੈਗੀ ਹੈ ਕਿ ਇਹ ਕੋਈ ਅਹਿਸਾਸ ਨੇ ਜਾਂ ਕੋਈ ਇਹਨਾਂ ਨੂੰ ਤਹਾਫ਼ਜ਼ ਦੀ ਕਮੀ ਹੋ ਜਾਂਦੀ ਹੈ ਕਿ ਪਰੇਸ਼ਾਨ ਹੋ ਜਾਂਦੇ ਨੇ, ਸਟ੍ਰੈਸ ਆਈ ਕੀ ਹੁੰਦਾ ਹੈ? ਬਸ ਇਹ ਕੁਦਰਤ ਵੱਲੋਂ ਤੇਜ਼ ਬਹੁਤ ਨੇ, ਉਹਨਾਂ ਨੇ ਸਾਨੂੰ ਅੱਜ ਕਿਉਂ ਲਾਇਆ। ਅੱਛਾ, ਬਲਕਿ ਦੂਜੇ ਹੁਣ ਇਹ ਇਸ ਤਰ੍ਹਾਂ ਹੀ ਨੇ ਜਿਵੇਂ ਬੱਕਰੇ ਅਤੇ ਛਤਰੇ ਨੇ, ਛਤਰਾ ਜਿਵੇਂ ਹਰ ਚੀਜ਼ ਖਾਧੀ ਜਾਂਦਾ। ਅੱਛਾ, ਬੱਕਰਾ ਅਹਿਸਾਸ ਹੁੰਦਾ ਤੇ ਸਾਹ ਜੀ ਜਿਹੜੀਆਂ ਮਾਦੀਆਂ ਆਂਡੇ ਉਹ ਜਲਦੀ ਉੱਠ ਪਵਨ, ਮਤਲਬ ਸਟ੍ਰੈਸ 'ਚ ਆ ਗਈਆਂ ਨੇ ਛੇਤੀ, ਜਿਹੜੀਆਂ ਮਾਦੀਆਂ ਆਂਡੇ ਉਹ ਜਲਦੀ ਉੱਠ ਪਵਨ, ਮਤਲਬ ਸਟ੍ਰੈਸ 'ਚ ਆ ਗਈਆਂ ਨੇ ਛੇਤੀ ਦੁਬਾਰਾ ਆਂਡੇ ਨਹੀਂ ਲਾਉਂਦੀਆਂ ਪਈਆਂ, ਅਤੇ ਉਹਨਾਂ ਵਾਸਤੇ ਦੱਸੋ ਨਾ ਕਿ ਤੁਸੀਂ ਇਹ ਆਸਾਨ ਕੋਈ ਕੁਲੀਆ ਦੱਸੋ, ਇਹ ਚੀਜ਼ ਦੀ ਇਸਤੇਮਾਲ ਕਰੋ ਤਾਂ ਮਾਦੀਆਂ ਆਂਡੇ ਜਲਦੀ ਲਾ ਦੇਵਾਂਦੀਆਂ। ਮਾਦੀਆਂ ਜਿਹੜੀਆਂ ਛੇਤੀ ਉੱਠ ਜਾਂਦੀਆਂ ਨੇ ਨਾ, ਹਾਂਜੀ, ਉਹਨਾਂ ਦਾ ਟਾਈਮ ਅਜੇ ਪੂਰਾ ਨਹੀਂ ਹੋਇਆ ਹੁੰਦਾ ਪਾਉਣ ਦਾ। ਅੱਛਾ, ਉਹ ਇੱਕ ਤਾਂ ਕੈਲਸ਼ੀਅਮ ਪਾਊਡਰ ਖਾਂਦੀਆਂ ਜੀ, ਦੂਸਰਾ ਐਵੀਓਨ ਕੈਪਸੂਲ। ਕਿੰਨੇ ਐਮ ਜੀ ਵਾਲਾ? ਲਾਲ ਜਿਹੜਾ 500 ਵਾਲਾ ਜਿਹੜਾ। ਅੱਛਾ, ਵੱਡਾ ਇੱਕ ਰੋਜ਼ ਦਾ ਦਿੱਤੀ। ਚਲੋ, ਕਿੰਨੇ ਦਿਨ ਦੇਣਾ ਹੈ? ਉਹ ਦੇ ਦਿਓ 5 ਦਿਨ ਲਾ ਦਿੱਤੇ। ਉਹਦੇ ਨਾਲ ਕੀ ਹੋਵੇਗਾ? ਉਹਦੇ ਨਾਲ ਮਾਦੀ ਦੁਬਾਰਾ ਅੰਡੇ ਦੇ ਦੇਣੇ, ਜਲਦੀ ਦੇ ਦੇਣੇ ਜੀ। ਮਤਲਬ ਜਿਸ ਸਮੇਂ ਹੀਟ ਅਪ ਹੋਏਗੀ, ਹੀਟ ਅਪ ਹੋ ਜਾਂਦੀ ਤਾਕਤ ਹੁੰਦੀ ਜਿਹੜੀ, ਖੂਨ ਅਸਲ ਉਹਦਾ ਫੰਕਸ਼ਨ ਹੈ ਖੂਨ ਬਣਾਉਣਾ। ਅੱਛਾ, ਇਹਦੀ ਐਵੀਓਨ ਹੈ ਨਾ ਜਿਹੜੀ, ਹਾਂਜੀ, ਇਹ ਜਿਹੜਾ ਖੂਨ ਦੀ ਕਮਜ਼ੋਰੀ ਹੋਈ ਹੁੰਦੀ ਨਾ, ਹਾਂਜੀ, ਇਨਸਾਨਾਂ ਨੂੰ ਵੀ ਦਿੰਦੇ ਨੇ। ਅੱਛਾ, ਦਿੰਦੇ ਨੇ ਜੀ ਇਸਤੇਮਾਲ ਕਰਨ ਲਈ। ਐਵੀਓਨ ਦਾ ਫੰਕਸ਼ਨ ਹੈਗਾ ਖੂਨ ਪੈਦਾ ਕਰਨਾ। ਬਿਲਕੁਲ ਸਹੀ ਹੋ ਗਿਆ, ਗਲੇ ਦੀ ਖਰਾਬੀ ਜਿਹੜੀ ਹੁੰਦੀ ਹੈ ਉਹਨੂੰ ਦੂਰ ਕਰਨਾ, ਖੂਨ ਦੀ ਕਮੀ ਦੀ ਵਜ੍ਹਾ ਨਾਲ ਗਲੇ ਦੀ ਖਰਾਬੀ ਪੈਦਾ ਹੁੰਦੀ। ਬਿਲਕੁਲ ਸਹੀ, ਕਿਸੇ ਵੇਲੇ ਗਲੇ ਦੀ ਖਰਾਬੀ ਹੋ ਜਾਏ ਨਾ, ਹਾਂਜੀ, ਉਹਨੂੰ ਤੁਸੀਂ ਐਵੀਓਨ ਦਿਓ ਤੇ ਉਹਦੇ ਨਾਲ ਵੀ ਸਹੀ ਹੋ ਜਾਏ। ਜਿਹੜੇ ਖੰਘਣਾ ਸ਼ੁਰੂ ਹੋ ਜਾਂਦੇ ਨੇ, ਖਾਂਸੀ ਬਜਾਏ ਉਹਨੂੰ ਕੁਛ ਹੋਰ ਦੇਣ ਦੀ, ਉਹਨੂੰ ਐਵੀਓਨ ਦਿਓ। ਅੱਛਾ, ਕਿਉਂਕਿ ਇਹ ਦੂਸਰਾ ਖਾਂਸੀ ਲੱਗਦੀ ਗਲੇ ਖੰਘਦੇ, ਹਾਂਜੀ, ਇੱਕ ਇਹ ਖੂਨ ਦੀ ਕਮੀ ਦੀ ਵਜ੍ਹਾ ਨਾਲ ਕਰਦੇ ਨੇ। ਅਤੇ ਸਾਹ ਜੀ ਆਪਣਾ ਜਮਾਦੀਆਂ ਜਦੋਂ ਆਂਡੇ ਲੈ, ਐਂਟੀਬਾਇਓਟਿਕ ਵੀ ਦੇ ਸਕਦੇ ਹਾਂ ਕਿ ਉਹਨਾਂ ਨੂੰ? ਐਂਟੀਬਾਇਓਟਿਕ ਦਾ ਤਲਕ ਹੋ ਜੀ। ਅੱਛਾ, ਐਂਟੀਬਾਇਓਟਿਕ ਸਭ ਕੁਛ ਕਰਦੇ ਹਾਂ। ਅੱਛਾ, ਇਹ ਵੀ ਹੋਮ ਦਿਓ, ਅੰਦਰੋਂ ਤਾਰ ਕਰਨੀ ਹੈ, ਤਾਰ ਕਰਨੀ ਹੈ ਨਾਲ ਇਹਨਾਂ ਮੱਛੀ ਦੇ ਤੇਲ ਦਾ ਕੈਪਸੂਲ ਦੇ ਦੋ। ਤੇ ਸਾਹ ਜੀ ਇਹ ਜਿਹੜਾ ਐਵੀਓਨ ਨੇ, ਇਹਦਾ ਤੇ ਮੱਛੀ ਦੇ ਤੇਲ ਦਾ ਨਿਜ਼ਾਮ ਫੰਕਸ਼ਨ ਇੱਕੋ ਨਹੀਂ ਕਹਿੰਦੇ, ਫੰਕਸ਼ਨ ਇਹਨਾਂ ਜੀ ਇੱਕੋ ਚੀਜ਼ ਹੀ ਹੈ? ਉਹ ਜਿਹੜੀ ਨਾ ਉਹ ਕੈਲਸ਼ੀਅਮ ਇਹਦੇ ਚ ਫੋਨ ਬਣਾਉਣ ਦਾ ਦੋਵਾਂ ਇੱਕ। ਅੱਛਾ, ਉਹ ਜਿਹੜੀ ਵਿਟਾਮਿਨ ਨੇ ਹੁੰਦੇ ਮੱਛੀ ਦੇ ਤੇਲ 'ਚ। ਅੱਛਾ, ਇਹਦੇ 'ਚ ਜਿਹੜਾ ਖੂਨ ਬਣਾਉਣ ਦਾ ਫੰਕਸ਼ਨ ਹੈ, ਇਹ ਦੋਵੇਂ ਇਕੱਠੇ ਦੇ ਦਿਓ ਤਾਂ ਬਹੁਤ ਜ਼ਿਆਦਾ ਅਸਰ ਕਰਦੇ ਨੇ। ਈਵੀਓਨ ਤੇ ਮੱਛੀ ਦਾ ਤੇਲ ਵਾਲਾ ਕੈਪਸੂਲ ਅਗਰ ਇਕੱਠੇ ਦੇ ਦਿਓ, ਬਹੁਤ ਫੰਕਸ਼ਨ ਟੈਟ ਸਿੱਧਾ ਆ ਜਾਂਦੇ ਨਾਲ ਨਾਲ ਜ਼ਿਆਦਾ ਛੋਟੇ ਜੇ ਨੂੰ ਉਸੇ ਨੀਮ ਗਰਮ ਦੁੱਧ ਨਾਲ ਦਿਓ, ਹਾਂ, ਤਾਂ ਹੋਰ ਜ਼ਿਆਦਾ ਇਹ ਜਿਹੜਾ ਫੰਕਸ਼ਨ ਤੇਲ ਹੋ ਜਾਂਦਾ। ਬਿਲਕੁਲ ਸਹੀ ਹੋ ਗਿਆ ਸਾਹ ਜੀ, ਮੌਸਮ ਹੁਣ ਗਰਮ ਹੋਣ ਲੱਗ ਪਿਆ, ਹਾਂਜੀ, ਤੇ ਹੁਣ ਕੋਈ ਟੂਵਾ ਟੂਵਾ ਹੀ ਕਰੀਏ ਦੂਜੇ ਕਿਸੇ ਇਲਾਕੇ ਦਾ? ਕਰਾਂਗੇ ਕਿੱਥੇ? ਕਬੂਤਰਬਾਜ਼ੀ ਨਾਲ ਚੱਲੇ ਦੀ ਜਿੰਨੀ ਦੇਰ ਨੌਕਰੀ ਰਹੀ ਓਨੀ ਦੇਰ ਨਹੀਂ, ਹੁਣ ਤਾਂ ਆਪਾਂ ਸਿਰਫ ਹੈਗੇ ਹੀ ਕਬੂਤਰਬਾਜ਼ੀ ਤੇ ਆ। ਠੀਕ ਹੋ ਗਿਆ, ਦੋਸਤੀ ਯਾਰੀ ਸਭ ਕੁਝ ਮਰਨ ਜੀਵਨ ਕਬੂਤਰਬਾਜ਼ੀ ਨਾਲ ਹੀ। ਨਹੀਂ ਤੇ ਹੁਣ ਹਰੀਪੁਰ ਦਾ ਪ੍ਰੋਗਰਾਮ ਇਦੋਂ ਬਾਅਦ ਬਣਾ ਲਈਏ ਫਿਰ, ਬਣਾ ਲਓ ਬਣਾ ਲਓ ਹਰੀਪੁਰ ਐਪਟਾਬਾਦ ਉਸ ਤੋਂ ਅੱਗੇ ਠੰਡਿਆਂ ਇਲਾਕਿਆਂ 'ਚ, ਚਲੋ ਜੀ ਦੋਸਤੋ, ਇਹ ਆਪਣਾ ਸਾਡੇ ਹੋ ਸਕਦਾ ਤੁਹਾਨੂੰ ਕੋਈ ਨਾ ਕੋਈ ਵੀਵਰ ਜਿਹੜੇ ਸਾਡੇ ਵੇਖਦੇ ਨੇ ਉਹ ਵੀ ਤੁਹਾਨੂੰ ਮਿਲਣ ਉੱਥੇ ਕਿਤੇ ਨਾ ਕਿਤੇ, ਠੀਕ ਹੈ ਨਾ? ਤੇ ਇਨਸ਼ਾਅੱਲਾ ਤਾਲਾ ਪ੍ਰੋਗਰਾਮ ਬਣਾਵਾ ਦੇ ਤੇ ਫਿਰ ਅਗਾਹ ਕਰਾ ਦੇ ਸਾਰਿਆਂ ਦੋਸਤਾਂ ਨੂੰ ਕਿ ਅਸੀਂ ਆ ਰਹੇ ਹਾਂ, ਆ ਰਹੇ ਹਾਂ, ਕਿਸੇ ਦੋਸਤ ਭਾਈ ਨੂੰ ਖਵਾਹਿਸ਼ ਹੋਏ ਮੁਲਾਕਾਤ ਕਰਨ ਦੀ ਉਹ ਵੀ ਕਰਾ ਦੇ, ਰਸਤੇ ਜੀਟੀ ਰੋਡ ਤੋਂ ਜਾਣਾ ਹੈ, ਸਾਰੇ ਰਸਤੇ ਸ਼ੋਅ ਕਰਦੇ ਜਾਣੇ ਨੇ, ਇਨਸ਼ਾਅੱਲਾ, ਠੀਕ ਹੈ ਨਾ? ਸ਼ਹਿਰ ਦੇ ਸ਼ਹਿਰ ਅਸੀਂ ਜਿਹੜਾ ਸਾਡਾ ਕਾਫਲਾ ਨਿਕਲੇ ਦਾ, ਹਰ ਸ਼ਹਿਰ ਮੇ ਜੋ ਹੈ ਨਾ ਮਹਾਰਾ ਜੋ ਹੈ ਨਾ ਪੁਰਤਫਾਕ ਇਸਤਕਬਾਲ ਹੋਗਾ, ਉਸਤਾਦ ਹੋਗਾ, ਠੀਕ ਹੈ ਸਵਾ ਜੀ, ਢੋਲਕੀ ਥਾਪ ਪ੍ਰੋਡਕਟ ਵੀ ਹੋਗਾ, ਠੀਕ ਹੈ ਨਾ? ਲੋ ਦੋਸਤੋ, ਜੇ ਥੀ ਅੱਜ ਕੀ ਵੀਡੀਓ, ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ, ਉਮੀਦ ਹੈ ਆਪਕੋ ਵੀਡੀਓ ਅੱਜ ਕੀ ਪਸੰਦ ਆਈ ਹੋਗੀ, ਫਿਰ ਹਾਜ਼ਰ ਹੋਤੇ ਨਈ ਵੀਡੀਓ ਕੇ ਸਾਥ, ਅੱਲਾ ਹਾਫਿਜ਼।